ਨਿਊਜ਼ੀਲੈਂਡ ਦੇ ਖੂਬਸੂਰਤ ਇਲਾਕੇ ਟੋਰਾਂਗਾ ਦੇ ਵਿੱਚ ਵਸਿਆ ਸ਼ਾਇਰ ਚਰਨਜੀਤ ਚਾਹਲ, ਜਿਸ ਨੂੰ ਪਿਆਰ ਨਾਲ ਅਸੀਂ ਦੁੱਲਾ ਕਹਿ ਕੇ ਸੰਬੋਧਨ ਕਰਦੇ ਹਾਂ, ਖੇਡ ਮੈਦਾਨਾਂ ਦਾ ਸ਼ਿੰਗਾਰ ਹੁੰਦਿਆਂ ਵੀ ਅਸਲ ਦੇ ਵਿੱਚ ਆਪਣੀਆਂ ਭਾਵਨਾਵਾਂ ਦੀ ਤਰਜਮਾਨੀ ਬੜੇ ਸੰਜੀਦਾ ਅੰਦਾਜ਼ ਦੇ ਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ ਕਿ ਉਸ ਨੂੰ ਆਪਣੀ ਵਿਛੜੀ ਮਾਂ ਨੂੰ ਯਾਦ ਕਰਦਿਆਂ ਅੱਖਰਾਂ ਦੇ ਸਹਾਰੇ ਆਪਣੇ ਪਿਆਰਿਆਂ ਦੇ ਰੂਬਰੂ ਕਰ ਦਿੰਦਾ ਹੈ। ਉਹ ਲਿਖਦਾ ਹੈ, ਤੂੰ ਕੋਲ ਸੀ ਤਾਂ ਰੋਣਾ ਵੀ ਰੋਣਾ ਨਾ ਸੀ, ਪਿੱਛੋਂ ਹਾਸੇ ਵੀ ਬਿਰਹੋਂ ਦੇ ਰਾਗ ਵਰਗੇ, ਅਸੀਂ ਮਾਂ ਦੇ ਪੈਰਾਂ ਪਿੱਛੇ ਤਰ ਗਏ, ਜੋਗੀ ਤਰਦੇ ਨੇ ਰੱਬ ਨੂੰ ਯਾਦ ਕਰਕੇ। ਜਿੰਨੀ ਸਾਡੇ ਲਈ ਤੂੰ ਦੁੱਖਾਂ ਦੀ ਧੁੱਪ ਸੇਕੀ, ਲਿਖੀ ਹੋਈ ਹੈ ਦਿਲ ਦੀ ਕਿਤਾਬ ਅੰਦਰ, ਤੇਰਾ ਦੇਣ ਨਹੀਂ ਮਾਏ ਅਸੀਂ ਦੇ ਸਕਦੇ, ਦੁਨੀਆਦਾਰੀ ਦੇ ਇਸ ਹਿਸਾਬ ਅੰਦਰ, ਰੋਟੀ ਖਾਣ ਲਈ ਤੂੰ ਇੰਤਜ਼ਾਰ ਕਰਨਾ, ਸਾਡੇ ਚੇਤੇ ਨੂੰ ਕਦੇ ਵੀ ਭੁੱਲਦਾ ਨਹੀਂ, ਕੰਨ ਤਰਸਦੇ ਤੇਰੇ ਮੂੰਹੋਂ ਪੁੱਤ ਸੁਣਨਾ, ਕੋਈ ਰਿਸ਼ਤਾ ਬਰਾਬਰ ਤੁਲਦਾ ਨਹੀਂ, ਜਦੋਂ ਕਿਤੇ ਵੀ ਕੋਈ ਅਸੀਸ ਦਿੰਦਾ, ਮਾਂ ਰਾਣੀਏ ਤੇਰੀ ਤਸਵੀਰ ਦਿਖਦੀ, ਰੱਬ ਵੀ ਨਹੀਂ ਥਾਂ ਤੇਰੀ ਲੈ ਸਕਦਾ, ਕੋਈ ਮਾਂ ਬਣ ਜਾਏ ਕੀ ਔਕਾਤ ਕਿਸ ਦੀ, ਜ਼ਿੰਦਗੀ ਮੌਤ ਹੈ ਡਾਢੇ ਦੇ ਹੱਥ ਮਾਏ, ਸਾਨੂੰ ਫਰਜ਼ ਪੂਰੇ ਕਰ ਜਾਣਾ ਪੈਣਾ, ਜਿਸ ਰਾਹ 'ਤੇ ਪੀਰ ਪੈਗੰਬਰ ਤੁਰ ਗਏ ਸਾਨੂੰ ਸਭ ਨੂੰ ਉਸ ਘਰ ਜਾਣਾ ਪੈਣਾ, ਮੈਂ ਮਾਲਕ ਅੱਗੇ ਅਰਦਾਸ ਕਰਦਾ, ਤੇਰੇ ਲਈ ਸੱਚਖੰਡ ਅੰਦਰ ਥਾਂ ਹੋਵੇ, ਹਰ ਜਨਮ 'ਚ ਮੈਂ ਤੇਰਾ ਪੁੱਤ ਹੋਵਾਂ, ਹਰ ਜਨਮ 'ਚ ਤੂੰ ਮੇਰੀ ਮਾਂ ਹੋਵੇਂ, ਹਰ ਜਨਮ 'ਚ ਮੈਂ ਤੇਰਾ ਪੁੱਤ ਹੋਵਾਂ, ਹਰ ਜਨਮ 'ਚ ਤੂੰ ਮੇਰੀ ਮਾਂ ਹੋਵੇਂ।